ਨਾਲੇ ਵਿੱਚ ਇੱਕ ਗੀਤ ਬਾਈ ਜੀ ਉਹਨਾਂ ਨੇ ਲਿਖਿਆ ਔਰ ਗਾਇਆ 4 ਇੰਚੀ ਪਿੱਕ ਸੋ ਗੀਤ ਤੁਹਾਡੀ ਨਜ਼ਰ ਕਰਦੇ ਆ ਕਹਿੰਦੇ ਸਿਆਣੇ ਬੰਦਿਆਂ ਦੀ ਗੱਲ ਵਿੱਚ ਦਮ ਹੁੰਦਾ ਕਹਿੰਦੇ ਸਿਆਣੇ ਬੰਦਿਆਂ ਦੀ ਗੱਲ ਵਿੱਚ ਦਮ ਹੁੰਦਾ ਕਹਿੰਦੇ ਪੁਰਾਣੇ ਗੁੜ ਵਿੱਚੋਂ ਕੱਢੀ ਹੋਈ ਸ਼ਰਾਬ ਚੰਗੀ ਹੁੰਦੀ ਆ ਰੁੱਸੀ ਹੋਈ ਜਨਾਨੀ ਜੇ ਲਿਆਉਣੀ ਹੋਵੇ ਪੇਕਿਆਂ ਤੋਂ ਮੰਨ ਲੈਣੀ ਗਲਤੀ ਜਨਾਬ ਚੰਗੀ ਹੁੰਦੀ ਆ ਇੱਜ਼ਤਾਂ ਦੇ ਹੌਲਿਆਂ ਨੂੰ ਘਰੇ ਕਦੇ ਵਾੜੀਏ ਨਾ ਇਹਨਾਂ ਨਾਲ ਦੂਰ ਦੀ ਲਿਹਾਜ਼ ਚੰਗੀ ਹੁੰਦੀ ਆ ਵੇਲੇ ਜਾਂ ਕਵੇਲੇ ਭਾਵੇਂ ਕਿਸੇ ਦੇ ਵੀ ਕਰ ਜਾਈਏ ਉਹੇ ਅੱਗੇ ਦਿੱਤੀ ਹੋਈ ਆਵਾਜ਼ ਚੰਗੀ ਹੁੰਦੀ ਆ ਸੁਣਨਾ ਗਵਈਏ ਤੋਂ ਜੇ ਵਧੀਆ ਕੋਈ ਗੀਤ ਹੋਵੇ ਤਾੜੀਆਂ ਦੀ ਮਿੱਠੀ ਮਿੱਠੀ ਦਾਤ ਚੰਗੀ ਹੁੰਦੀ ਆ ਬੁੱਢੇ ਵੇਲੇ ਮਾਪਿਆਂ ਦੀ ਕਰਦੀ ਜੋ ਸੇਵਾ ਘਰਾਂਗਣੇ ਦੇ ਚਿਹਰਾ ਉਹ ਔਲਾਦ ਚੰਗੀ ਹੁੰਦੀ ਆ ਸੋ 4 ਇੰਚੀ ਪੈਕ ਤੁਹਾਡੀ ਨਜ਼ਰ ਕਰਦੇ ਆ ਉਹ ਕਹਿੰਦਾ ਵੀ ਆਥਣੇ ਜੇ ਬੰਦਾ ਮਰਝਾਇਆ ਜਿਹਾ ਹੁੰਦਾ ਪਾਣੀ ਨਾ ਜੇ ਲਾਈਏ ਜਿਵੇਂ ਝੋਨਾ ਖੜ ਜੂ ਤੇ 4 ਇੰਚੀ ਪੈਕ ਲਾਇਆ ਘਰ ਦੀ ਕੱਢੀ ਦਾ ਜਦੋਂ ਕਿੱਥੋਂ ਮੇਰੇ ਸਾਲੇ ਦਾ ਕਰੋਨਾ ਖੜ ਜੂ ਉਹ ਕਹਿੰਦੀ ਵੀ ਸੋਫੀ ਹੋਵੇ ਸਿੱਧੇ ਮੂੰਹ ਨਾਲ ਗੱਲ ਨਾ ਕਰੇ ਵੇ ਪੀਤੀ ਹੋਵੇ ਮਿਲੇ ਮਿੱਠਾ ਸ਼ਹਿਦ ਬਣ ਕੇ ਤੈਨੂੰ ਤਾਂ ਵੇ ਦਾਰੂ ਹਰ ਰੋਗ ਦੀ ਦਵਾਈ ਲੱਗੇ ਆਥਣੇ ਜੇ ਬਹਿ ਜਾਣਾ ਰੈਤ ਬਣ ਕੇ ਕਰਦੀ ਕੱਢੀ ਦੀਆਂ ਸਿਫਤਾਂ ਕਰਦਾ ਤੇ ਉਹ ਉਹਨੂੰ ਵਰਜਦੀ ਹੈ ਰੋਕਦੀ ਹੈ ਤੁਹਾਡੀ ਨਜ਼ਰ ਕਰੀ ਆ ਵੀ thank you.
ਤੈਨੂੰ ਦੱਸਦਾ ਬਿਮਾਰੀਆਂ ਦਾ ਹੱਲ ਨਹੀਂ ਮੇਰੀ ਬਸ ਲੈ ਤੁਰੀ ਸੁੱਖਾਂ ਵਿੱਚ ਗੱਲ ਨਹੀਂ ਮੈਂ ਤਾਂ ਤੈਨੂੰ ਦੱਸਦਾ ਬਿਮਾਰੀਆਂ ਦਾ ਹੱਲ ਨਹੀਂ ਇਹਦੇ ਵਿੱਚ ਪਾਇਆ ਛੱਤੀ ਚੀਜ਼ਾਂ ਦਾ ਅਰਕ ਇਹਦੇ ਵਿੱਚ ਪਾਇਆ ਛੱਤੀ ਚੀਜ਼ਾਂ ਦਾ ਅਰਕ ਜਿਵੇਂ ਕੋਈ ਦਿਮਾਗ ਵਾਲਾ ਖੁੰਨ ਛੱਡ ਜੂ दरबार के गद्दी नशीन ने बाबा निर्मल जी उन्होंने वालों बहुत बड़ा आशीर्वाद मिले है कि साधा दी मैं गोली होसा गोलियां दे करम कैसा चौका फेरा मैं दया बहारी झूठे वासन तो सा के भट पवे तेरी चिट्टी चादर चंगी फकीर की लोई दरगाह दे विच सुहागण सोई जो खुल के नच खलोई कहे हुसैन फकीर साई दा तान दर लैसे ढोई सो बाबा जी होरों वालों बहुत मान आशीरवाद मिले है धनबाद करता है साढ़े सरपंच ने पिंड हड्डी वाले तो टौरी जी उन्होंने वालों बहुत सारा मान बहुत सारा सत्कार मिले मैं तह दिनों धनबाद करता बड़ी मेहरबानी सजन वाली बहुत ही सुन सुना वाली गलों ने गीत ना है गरीबी के बिच सुखा दे सारी दुनिया नेड़े हो बहिंदी परखे जान सजन उस वेले जब बाजी पुठी कर लगे छोटा एरिया अस जो भी आने सुन वाला बहुत खूबसूरत सुनता है राजस्थान हो गया थोड़ा एरिया हो गया श्रोते बहुत ज्यादा ने बहुत वधिया सुनते हैं तो थैंक यू वेरी मच मुश्किल दे विच छट जांदे ने रिश्तेदार करीबी पर माड़ा वक्त भी चंगा ही हुंदा सब दी परखित राजे परखित राजे ओए असली सज्जन ओही औखे वेले जो कम आजे ओ भैणा मेरी ओ वधिया गीत भी सुन लई दे हुंदे कदे चक में गाउन वाली बड़ी दुनिया फिरदी है ਧੀਆਂ ਭੈਣਾਂ ਦੀ ਗੱਲ ਜਦੋਂ ਕਰਦੇ ਹੋਈਏ ਤਾਂ ਉੱਠ ਕੇ ਨਹੀਂ ਜਾਈਦਾ ਬਾਅਦ ਚ ਚਲੇ ਜਾਏ ਤੇ ਜਿਹੜੀ ਮਹਿੰਦੀ ਰੰਗ ਨਾ ਦੇਵੇ ਕੀ ਫਿਰ ਉਸਦਾ ਲਾਣਾ ਉਸਦਾ ਲਾਣਾ ਉਹ ਜਿੱਥੇ ਗਿਆਂ ਦੀ ਕਦਰ ਨਾ ਉੱਥੇ ਕਾਦਾ ਹੁੰਦਾ ਜਾਣਾ ਰੱਖੇ ਦਾਦਾ ਕੁਛ ਨੀ ਪੈਸੇ ਓਏ ਮਰਦਾਂ ਉੱਤੇ ਆਉਂਦੇ ਰਹਿੰਦੇ ਔਖੇ ਸੌਖੇ ਧੀਆਂ ਪੁੱਤ ਸਲੱਗ ਜੇ ਹੋਣ ਇਹ ਹੋਈ ਅਸਲ ਜਗੀਰ ਤੇ ਭੈਣਾਂ ਜਿਹੀ ਸਕੀਰੀ ਕੋਈ ਨਾ ਜੇਕਰ ਵਰਤਣ ਵੀਰ ਓ ਬਾਪੂ ਹੁੰਦੇ ਤਾਜ ਸਿਰਾਂ ਦੇ ਓਏ ਮਾਵਾਂ ਠੱਡੀਆਂ ਸ਼ਾਵਾ ਓ ਬਾਪੂ ਹੁੰਦੇ ਤਾਜ ਸਿਰਾਂ ਦੇ ਮਾਵਾਂ ਠੱਡੀਆਂ ਸ਼ਾਵਾ ਛੋਟੀਆਂ ਭਾਬੀਆਂ ਧੀਆਂ ਭੈਣਾਂ ਤੇ ਵੱਡੀਆਂ ਭਾਬੀਆਂ ਮਾਵਾਂ ਫਰਮਾਉਣਾ ਜੀ ਕੇ ਕੱਪੜੇ ਮੁਤਾਬਕ ਲੋਕੀ ਹਿਸਾਬ ਕਿਤਾਬ ਨੇ ਲਾਉਂਦੇ ਕਿਤਾਬ ਨੇ ਲਾਉਂਦੇ ਹੋ ਕੱਪੜੇ ਕਾਰ ਮੁਤਾਬਕ ਲੋਕੀ ਹਿਸਾਬ ਕਿਤਾਬ ਨੇ ਲਾਉਂਦੇ ਤੇ ਗੱਡੀ ਦਾ ਮੁੱਲ ਵੇਖ ਕੇ ਹੁਣ ਤਾਂ ਮੁੱਲ ਬੰਦੇ ਦਾ ਪਾਉਂਦੇ ਅੱਜ ਕੱਲ੍ਹ ਤਾਂ ਇਹ ਹੁੰਦਾ ਵੀ ਗੱਡੀ ਕਿਹੜੀ ਚੁੱਤਰੇ ਜੇ ਤਾਂ ਵੱਡੀ ਸਾਰੀ ਗੱਡੀ ਚੁੱਤਰੇ ਤਾਂ ਬਹੁਤ ਵਧੀਆ ਬੰਦਾ ਗੱਲ ਹੁੰਦੀ ਨੀ ਵੀਰੇ ਸੱਚ ਧਿਆਨ ਖੰਡਤ ਹੁੰਦਾ ਜੀ ਪਲੀਜ਼ ਹੋ ਕੱਪੜੇ ਕਾਰ ਮੁਤਾਬਕ ਲੋਕੀ ਹਿਸਾਬ
के हुण तां मुल बंदे दा पौंदे पर पैसे नाल औकात बंदे दी ना प्यार ना कर वीरे ओ पैसे नाल औकात बंदे दी ना प्यार ना कर वीरे ओ बाटे लीड़ियां विच भी बंदे मिल जांदे ने हीरे ਸੰਗੀਤ ਸੁਣਦੇ ਸੁਣਦੇ Thank you.
ਜਾਰੀ ਰੱਖੀ ਕਰ ਦੇ चढ़न हड़दी जी थोड़ा सुना साढ़े पांच दिन पिछे रह गया पिंड साडा तू ए पढ़िया लिखिया डाडा पढ़िया लिखिया डाडा वो तकरा हो के सांभला तू पिंड दी मुख तैयारी वे पर हुण तां मैनूं रिटायरमेंट दा समां लगदा देवर भाभी दा कहना आ गई सरपंची नेड़े द्यौरा खिच तैयारी वे शिव कुमार बटालवी भाई एक कवि होया पंजाब का बहुत मशहूर ताड़िया मार दो गाना तो बहुत चलिया क्योंकि आप थोड़े देसी टाइप गाने सुनने वीरे की फरमाइश गुलाब वर्गी ਘੀਰਿਆਂ ਚ ਉੱਕਰੀ ਚੜਾਈ ਸ਼ਿਵ ਦੀ ਕਿਤਾਬ ਵਰਗੀ ਪਾਸ਼ਤੀਆਂ ਗੱਲਾਂ ਦਾ ਸ਼ੁਦਾਈ ਹੋ ਸਾਡੇ ਚੇਤਿਆਂ ਚ ਕਈਆਂ ਅਤੇ ਦਾਦੀਆਂ ਦੇ ਗੀਤ
ਕਾਤੀਆਂ ਦੇ ਗੀਤ ਥੋੜੀ ਖੁਸ਼ੀਆਂ ਤੇ ਬਹੁਤੀਆਂ ਉਦਾਸੀਆਂ ਦੇ ਗੀਤ ਉਦਾਸੀਆਂ ਦੇ ਗੀਤ ਉਹ ਬਾਲੀਵੁੱਡ ਦੇ ਸ਼ਬਾਬ ਵਰਗੀ ਸ਼ਬਾਬ ਵਰਗੀ ਤੇ ਮੈਂ ਔਲਖ ਦੇ ਨਾਟਕਾਂ ਦਾ ਭਾਈ ਸ਼ਿਵ ਦੀ ਕਿਤਾਬ ਵਰਗੀ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ ਗੱਲਾਂ ਦਾ ਸ਼ੁਦਾਈ ਉਹ ਸੱਚੇ ਬਾਲੀਵੁੱਡ ਦਾ ਸ਼ਬਾਬ ਬਣ ਗਈ ਸ਼ਹਿਨਾਜ਼ ਗਿੱਲ ਪਹਿਲਾ ਵੀਡੀਓ ਸੀ ਨਾ ਉਹ ਉਹਨੂੰ ਜਾਪ ਦੇ ਕੇ ਕਵਿਤਾ ਰੁਮਾਂਸ ਹੀ ਇਹ ਹੁੰਦੀ ਮੈਨੂੰ ਪਤਾ ਹੈ ਕਿ ਕਵਿਤਾ ਦੁਖਾਂਤ ਵੀ ਇਹ ਹੁੰਦੀ ਦੁਖਾਂਤ ਵੀ ਇਹ ਹੁੰਦੀ ਉਹ ਵੱਧਦੇ ਵਿਆਜ ਵਰਗੀ ਤੇ ਮੈਂ ਜੰਮਦਾ ਹੀ ਮੁੱਢੋਂ ਕਰਜ਼ਾਈ ਸ਼ਿਵ ਦੀ ਕਿਤਾਬ ਵਰਗੀ ਕਾਸ਼ ਦੀਆਂ ਗੱਲਾਂ ਦਾ ਸ਼ੁਦਾਈ ਖੁੱਲ ਕੇ ਤਾੜੀਆਂ ਵੀਰੇ ਦੇ ਨਾਂ ਤੇ ਮਾਰਦੇ ਹੁੰਦੇ ਸ਼ਬਾਈ ਸਿੰਘ ਬੜੀ ਮਿਹਰਬਾਨੀ ਸੋ ਬੜਾ ਮਾਣ ਬੜਾ ਸਤਿਕਾਰ ਮਿਲਿਆ ਸਾਡੀ ਪ੍ਰਬੰਧਕੀ ਕਮੇਟੀ ਵੱਲੋਂ ਬਾਬਾ ਜੀ ਹੋਰਾਂ ਦੇ ਨਾਂ ਤੇ ਜ਼ਰੂਰ ਤਾੜੀਆਂ ਮਾਰ ਦਿਓ ਬੜੀ ਮਿਹਰਬਾਨੀ ਹੋਊਗੀ ਤੁਹਾਡੀ ਸਾਰਿਆਂ ਦੀ ਸੋ ਇਸ ਤਰ੍ਹਾਂ ਥੋੜ੍ਹਾ ਮਾਹੌਲ ਨੂੰ ਚੇਂਜ ਕਰਦੇ ਹਾਂ ਸਾਹਮਣੇ ਨੌਜਵਾਨ ਵੀਰ ਬੈਠੇ ਨੇ ਅੱਜ ਕੱਲ੍ਹ ਇੰਟਰਨੈਟ ਦਾ ਜ਼ਮਾਨਾ ਹੈ ਵਟਸਐਪ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਬੜੀਆਂ ਘੈਂਟ ਘੈਂਟ ਪੋਸਟਾਂ ਲਿਖ ਕੇ ਇਹੋ ਜਿਹੇ ਮੁੰਡੇ ਪਾਉਂਦੇ ਆ ਕਿ ਘੁੰਮਣ ਘੁੰਮਾਉਣ ਨੂੰ ਸਹੇਲੀ ਰੱਖੀ ਹੈ ਘਰ ਕਲੇਸ਼ ਪਾਉਣ ਨੂੰ ਕਰਵਾ ਚੌਥ ਦੇ ਵਰਤਾਂ ਵੇਲੇ ਹੋਰ ਹੀ ਲਿਖ ਕੇ ਪਾਇਆ ਪਿਆ ਕਹਿੰਦੇ ਬੀਬਾ ਜੀ ਕਰਵਾ ਚੌਥ ਨਾਲ ਰੱਖਣ ਨਾਲ ਸਾਡੀ ਉਮਰ ਨਹੀਂ ਵੱਧਦੀ ਕਲੇਸ਼ ਛੱਡਣ ਨਾਲ ਵੱਧਦੀ ਹੈ ਬੰਦੇ ਦੀ ਉਮਰ ਜੇ ਕਲੇਸ਼ ਛੱਡ ਦਿਉ ਤਾਂ ਕਹਿੰਦੇ ਉਮਰ ਕਾਫੀ ਵੱਧ ਜਾਂਦੀ ਹੈ ਬੰਦੇ ਦੀ ਕਲੇਸ਼ ਕਰਨ ਨੂੰ ਹਟਣ ਨਹੀਂ ਆਏ ਸਾਲ ਵਰਤ ਨਹੀਂ ਰੱਖਣਾ ਸੋ ਇਸ ਨਾਲ ਹੀ ਪਿਆਰ ਦੀ ਮੁਹੱਬਤ ਦੀ ਗੱਲ ਇਸ਼ਕ ਮਜਾਜੀ ਦੀ ਗੱਲ ਕਹਿੰਦਾ ਤੇਰੇ ਨਾਲ ਘੁੰਮਦੇ ਆ ਜਿਹੜੇ ਅੱਜ ਕੱਲ੍ਹ ਬਿੱਲੋ ਨਹੀਂ ਨਸ਼ੇੜੀਆਂ ਦਾ ਭਾਰ ਮਸਾਂ 40-40 ਕਿਲੋ ਨਹੀਂ ਜਿਹੜੇ ਆਪ ਹੀ ਨਸ਼ੇ ਦੇ ਪਿੱਛੇ ਮਰਦੇ ਨਹੀਂ ਤੇਰੇ ਉੱਤੇ ਕੀ ਮਰਨਾ ਜਿਹਦੀ ਲੱਕ ਤੇ ਪੈਂਟ ਨਹੀਂ ਖੜਦੀ ਨੀ ਤੇਰੇ ਨਾਲ ਕੀ ਖੜਨਾ ਜਿਹਦੀ ਲੱਕ ਤੇ ਪੈਂਟ ਨਹੀਂ ਖੜਦੀ ਤੇਰੇ ਨਾਲ ਕੀ ਖੜਦਾ ਸੋ ਉਹਨਾਂ ਦੀ ਗੱਲ ਤੁਹਾਡੀ ਨਜ਼ਰ ਕਿੰਨੇ ਦਿਨ ਹੋ ਗਏ ਕਦੇ ਮਿਲੀ ਨਹੀਂ ਮੇਰੀ ਗੁਗਨੂ ਮੂਗ ਨੂੰ ਲਾਕਡਾਊਨ ਲੱਗਿਆ ਹੋਇਆ ਸੀ ਤਾਂ ਨਹੀਂ ਇਸ ਕਰਕੇ ਹਾਂ ਸੋ ਦੱਸਦੇ ਹਾਂ ਆ ਜਾਓ ਜੀ ਬਿਲਕੁਲ ਕਰ ਦਿਓ ਮਾਣ ਮਤੀਏ ਰੂਪ ਮਾਨ ਪਰੀਏ ਅੱਠ ਖੇਲੀਏ ਛੈਲ ਛਬੀਲੀਏ ਨੀ ਹੋ ਆਸ਼ਕ ਪਾਰ ਫਕੀਰ ਤੇ ਨਾਗ ਕਾਲੇ ਹੋ ਬਾਜ ਮੰਤਰਾਂ ਮੂਲ ਨਾ ਕਿਲੀਏ ਕਿੰਨੇ ਦਿਨ ਹੋ ਗਏ ਕਦੇ ਮਿਲੀ ਨਹੀਂ ਆ ਮੇਰੀ ਗੁਗਨੂ ਮੁਗਨੂ ਅੱਜ ਕੱਲ ਬਿਜ਼ੀ ਜਿਹਾ ਰਹਿਣ ਲੱਗ ਪਈ ਏ ਤੇਰੀ ਗੁਗਨੂ ਮੁਗਨੂ ਸਾਡੇ ਕੰਮ ਨਾਲ ਦੱਸ ਦੇ ਕਿੰਨੇ ਦਿਨ ਹੋ ਗਏ ਕਦੇ ਮਿਲੀ ਨਹੀਂ ਆ ਮੇਰੀ ਗੁਗਨੂ ਮੁਗਨੂ ਅੱਜ ਕੱਲ ਬਿਜ਼ੀ ਜਿਹਾ ਰਹਿਣ ਲੱਗ ਪਈ ਏ ਤੇਰੀ ਗੁਗਨੂ ਮੁਗਨੂ ਜੌਬ ਕਰਦੀਆਂ ਅੱਗੇ ਪੜ੍ਹਦੀਆਂ ਫਿਰ ਦਿੱਲ ਗਏ ਸੀ ਧਰਨੇ ਤੇ ਫੇਰ ਦੱਸ ਕਿੱਥੇ ਇੰਨਾ ਗੈਬ ਰਹੀ ਆ ਮੇਰੀ ਕਦੇ
ਚੰਦਰੀ ਚੜ੍ਹਨ ਫੜਦੀ ਜਾਂਦੀ ਦਾਦ ਨੇ ਭਾਈ ਮੈਂ ਇੱਕ ਗੱਲ ਸੁਣਾਉਂਦਾ ਹੁੰਦਾ ਵੀ ਬੋਤਲ ਹੈ ਨਾ ਜਿਹੜੀ ਬ੍ਰੇਕ ਥੋੜ੍ਹੀ ਦਵਰ ਬੋਲਣ ਵਾਲੀ ਜਿਹੜੀ ਬੋਤਲ ਆ ਉਹਦਾ ਜ਼ਿੰਦਗੀ 'ਚ ਬਹੁਤ ਵੱਡਾ ਰੋਲ ਹੈ ਬੰਦੇ ਦੇ ਨਾਲ ਹੀ ਰਹਿੰਦੀ ਉਹ ਜਦੋਂ ਬੱਚਾ ਜੰਮਦਾ ਉਦੋਂ ਦੁੱਧ ਵਾਲੀ ਬੋਤਲ ਜਦੋਂ ਥੋੜ੍ਹਾ ਜਿਹਾ ਵੱਡਾ ਹੁੰਦਾ ਉਦੋਂ ਪੈਪਸੀ ਕੋਕ ਫਰੂਟੀ ਟਾਈਪ ਫਿਰ ਆ ਗਈ ਫਿਰ ਅੱਜ ਕੱਲ੍ਹ ਪਾਣੀ ਦੀਆਂ ਬੋਤਲਾਂ ਆ ਗਈਆਂ ਹੁਣ ਤਾਂ ਜਦੋਂ ਕਿਤੇ ਜਾਂਦੇ ਬੋਤਲ ਹੁਣ ਤਾਂ ਵੈਸੇ ਹੀ ਨਾਲ ਰਹਿੰਦੀ ਹੈ ਫਿਰ ਜਦੋਂ ਮੁੱਛਾਂ ਜੀਆਂ ਫੁੱਟਦੀਆਂ ਖੰਭ ਜੇ ਨਿਕਲਦੇ ਜਦੋਂ ਫਿਰ ਨਾਲ ਦੇ ਕਹਿਣ ਕੋਲ ਲੱਗ ਪੈਂਦੇ ਉਹ ਜੌਂ ਦਾ ਪਾਣੀ ਹੁੰਦਾ ਕੋਈ ਚੱਕਰ ਨਹੀਂ ਬੀਅਰ ਪੀ ਲਿਆ ਕਰ ਸ਼ੁਰੂ ਸਾਰੇ ਬੀਅਰ ਤੋਂ ਹੀ ਕਰਦੇ ਆ ਖਤਮ ਨਹੀਂ ਕੋਈ ਕਰਦਾ ਸ਼ੁਰੂ ਹੀ ਕਰਦੇ ਇਕੱਲੀ ਫਿਰ ਬੀਅਰ ਵਾਲੀ ਬੋਤਲ ਆ ਜਾਂਦੀ ਹੈ ਫਿਰ ਸਾਡੇ ਇੱਕ ਅੰਕਲ ਹੈਗਾ ਮੈਨੂੰ ਕਹਿੰਦਾ ਪੁੱਤ ਮੈਂ ਤਾਂ ਬੀਅਰ ਦਾ ਤੜਕਾ ਲਾ ਲੈਂਦਾ ਹੁੰਦਾ ਮੈਂ ਬੀਅਰ ਦਾ ਤੜਕਾ ਕਹਿੰਦਾ ਹੋਇਆ ਮੈਂ ਕਿਹਾ ਵੀ ਇਹ ਕੀ ਹੁੰਦਾ ਅੰਕਲ ਤੜਕਾ ਕਹਿੰਦਾ ਬੀਅਰ 'ਚ ਥੋੜ੍ਹੀ ਵਿਸਕੀ ਪਾ ਲੈਂਦਾ ਫਿਰ ਵਿੱਚ ਤੜਕਾ ਲਾਉਣ ਲੱਗ ਜਾਂਦੇ ਵੀਰੇ ਜਦੋਂ ਤੜਕਾ ਲੱਗਣਾ ਸ਼ੁਰੂ ਹੋ ਜਾਂਦਾ ਉਸ ਤੋਂ ਪਿੱਛੋਂ ਚੱਲ ਪੈਂਦਾ ਕੰਮ ਜੀ ਫਿਰ ਕਹਿੰਦਾ ਕੋਈ ਨਾ ਹੱਥ ਨੇ ਦੋ ਕੁ ਪੈਗ ਧੱਕੀਆ ਦੇ ਐਂ ਚੱਲਦੇ ਆ ਨਾ ਹੌਲੀ ਹੌਲੀ ਸੈਟਿੰਗ ਮਾਇੰਡ ਸੈੱਟ ਆ ਜਿੱਥੇ ਮਰਜ਼ੀ ਕਰ ਲਓ ਫਿਰ ਕਈ ਤਾਂ ਦੋਵਾਂ ਦੇ ਟਿੱਕ ਜਾਂਦੇ ਆ ਕਈ ਫਿਰ ਅੜਿਕਣ ਲੱਗ ਜਾਂਦੇ ਆ ਵੀ ਕਦੋਂ ਕੁ 5 ਵੱਜਣਗੇ ਕਈ ਦਿਨੇ ਸ਼ੁਰੂ ਹੋ ਜਾਂਦੇ ਆ ਕਈ ਇੰਨੀ ਪੀਣ ਲੱਗ ਜਾਂਦੇ ਵੀ ਉੱਠਦੇ ਹੀ ਦਾਰੂ ਨਾਲ ਐਂ ਵੀ ਹੋ ਜਾਂਦਾ ਕੰਮ ਮਤਲਬ ਕਿ ਬੋਤਲ ਨਾਲ ਹੀ ਰਹਿੰਦੀ ਹੈ ਅਤੇ ਜਿਹੜੇ ਵੀਰੇ ਸੁਬਹਾ ਸ਼ਾਮ ਲਗਾਤਾਰ ਪੀਂਦੇ ਬੋਤਲ ਨਾਲ ਰੱਖਦੇ ਆ ਫਿਰ ਉਹ ਤੋਂ ਪਿੱਛੋਂ ਇੱਕ ਬੋਤਲ ਹੋਰ ਆਉਂਦੀ ਹੈ ਜਿਹੜੀ ਪੁੱਠੀ ਟੰਗੀ ਹੁੰਦੀ ਹੈ ਵਾਲੀ ਪੀਣ ਵਾਲੇ ਦੇ ਨਾਲ ਤਾਂ ਕੋਈ ਜਾਂਦਾ ਨਹੀਂ ਗਾ ਚਾਚੇ ਦੇ ਨਾਲ ਕੋਈ ਮੇਰੇ ਵਰਗਾ ਭਤੀਜਾ ਗਿਆ ਹੁੰਦਾ ਉਹ ਹਸਪਤਾਲ ਚੱਕਿਆ ਉਹ ਬੈਠਾ ਹੁੰਦਾ ਕਿ ਕਿੰਨੇ ਵਾਰੀ ਤਾਂ ਚਾਚੇ ਨੂੰ ਲੈ ਕੇ ਗਿਆ ਹੁੰਦਾ ਉੱਥੇ ਬੈਠਾ ਝਾਕਦਾ ਚਾਚਾ ਕਹਿੰਦਾ ਭਤੀਜ ਕਦੋਂ ਕੋ ਮੁੱਕੂਗੀ ਘੰਟੇ ਬਾਅਦ ਤੋਂ ਘਟੇਦਾ ਗਲੂਕੋਜ਼ ਵਾਲੀ ਬੋਤਲ ਦੀ ਗੱਲ ਕਰਦੇ ਜਿਹਨੂੰ ਸਮਝ ਨਹੀਂ ਲੱਗੀ
ਔਰ ਚਾਚਾ ਜੇ ਕਿੱਥੇ ਮੁੱਕੂਗੀ ਤਿੰਨ ਹੋਰ ਲੱਗਣੀਆਂ ਪਿਆਰ ਆਰਾਮ ਨਾਲ ਤੂੰ ਬਹੁਤ ਠਿੱਠ ਕੀਤਾ ਤੜਕੇ ਚੱਲਾਂਗੇ ਹੁਣ ਹਸਪਤਾਲ ਚ ਸਹੀ ਸੂਈ ਹੋ ਕੇ ਆ ਜਾਂਦਾ ਐਂ ਸੋਚਦਾ ਵੀ ਛੱਡ ਯਾਰ ਹੁਣ ਨੀ ਪੀਣੀ ਮਾਰੀ ਨਾ ਜਾਈਏ ਕਿਤੇ ਦੋ ਤਿੰਨ ਦਿਨ ਲੰਘਦੇ ਆ ਫਿਰ ਰਗੜਦੇ ਪਤਾ ਕੌਣ ਆ ਜਿਹੜਾ ਸਰਕਲ ਹੁੰਦਾ ਨਾਲ ਦੇ ਯਾਰ ਬੇਲੀ ਲੋ ਤੂੰ ਤਾਂ ਘੋੜੇ ਵਰਗਾ ਪਿਆ ਤੈਨੂੰ ਵੀ ਹੁੰਦਾ ਨਾਲੇ ਮਰਦ ਤੇ ਘੋੜਾ ਤਾਂ ਐਂ ਨੀ ਕੁਛ ਹੁੰਦਾ ਇਸ ਘਾਲ ਤੇ ਨਾ ਵੀ ਬਹੁਤ ਰਗੜੇ ਆ ਵੀਰੇ ਫਿਰ ਚਲਾ ਦਿੰਦੇ ਕੰਮ ਹੱਡ ਪੈਰ ਚ ਦੁਖਦੇ ਦੋ ਪੈਗ ਮਾਰ ਅੰਦਰ ਹੱਡ ਪੈਰ ਦੁਖਦੇ ਆ ਬਸ ਫਿਰ ਵੀਰੇ ਉਹਦੇ ਪਿੱਛੋਂ ਡੀਐਮਸੀ ਤੂੰ ਕੋਈ ਹੱਥ ਨੀ ਪਾਉਂਦਾ ਸਿੱਧਾ ਉੱਥੇ ਲੈ ਜਾਂਦੇ ਜਿਹੜੇ ਪਿਆਉਣ ਵਾਲੇ ਹੁੰਦੇ ਆ ਤੁਸੀਂ ਕਦੇ ਕਿਤੇ ਕਿਸੇ ਮਰੀਜ਼ ਨਾਲ ਗਏ ਹੋਵੋਗੇ ਐਮਰਜੈਂਸੀ ਚ ਰਸ਼ ਜਾਂ ਮਾਰੀ ਖੜੇ ਹੁੰਦੇ ਘਰ ਦੇ ਧੱਕੇ ਪਏ ਹੁੰਦੇ ਆ ਨਾ ਉਹ ਜਿਹੜੇ ਪਿਆਉਣ ਪੂਣ ਵਾਲਿਆਂ ਦੇ ਉਹੀ ਖੜੇ ਹੁੰਦੇ ਆ ਤੇ ਅੰਦਰੋਂ ਇੱਕ ਬਾਹਰ ਆਉਂਦਾ ਮਸੋਸਿਆ ਜਾਂ ਮੂੰਹ ਬਣਾ ਕੇ ਤੇ ਦੂਜੇ ਬਾਹਰੋਂ ਪੁੱਛਦੇ ਕਹਿੰਦੇ ਕਿਵੇਂ ਹੋਈ ਕਹਿੰਦਾ ਮੁਸ਼ਕਿਲ ਜਿਹੜੇ ਪਿਆਉਂਦੇ ਰਹੇ ਉਹਦੇ ਵਿੱਚੋਂ ਇੱਕ ਹੀ ਕਹਿਣ ਲੱਗਦਾ ਮੋਏ ਦਾ ਆਖਿਆ ਸੀਗਾ ਸੁੱਕੀ ਖਿੱਚ ਜਾਂਦਾ ਸੀ ਉਹ ਤਾਂ ਹਟਿਆ ਹੀ ਉਹੀ ਜਿਹੜੇ ਕਹਿੰਦੇ ਸੀ ਕੁਛ ਨੀ ਹੁੰਦਾ ਉਹਨਾਂ ਚ ਕਰੀ ਜਾਂਦਾ ਮੈਂ ਤਾਂ ਆਖਿਆ ਸੀ ਕਾਹਨੂੰ ਬੰਦਾ ਕਾਹਨੂੰ ਸਮਝਦਾ ਫਿਰ ਮਤਾਂ ਦਿੰਦੇ ਉੱਥੇ ਖੜ ਕੇ ਫਿਰ ਦੁਨੀਆਂ ਵੇਖੋ ਕਿਹੋ ਜਿਹੀ ਹੈ ਥੋੜੀ ਜਿਹੀ ਦੇਰ ਪਿੱਛੋਂ ਵਿੱਚੋਂ ਇੱਕ ਖੜਾ ਹੁੰਦਾ ਕਹਿੰਦਾ ਪੁੱਛਣ ਲੱਗ ਜਾਂਦਾ ਤੈਨੂੰ ਕਿਵੇਂ ਲੱਗਦਾ ਵੀ ਕਿਵੇਂ ਜਿਹਾ ਲੱਗਦਾ ਵੀ ਛੁੱਟੀ ਉਹਨਾਂ ਨਾਲ ਛੁੱਟੀ ਭਾਲਦਾ ਛੁੱਟੀ 15 ਦਾ ਪਾਈਪਾਂ ਲੱਗੀਆਂ ਉਹਦੇ ਨੱਕ 'ਚ ਮੂੰਹ 'ਚ ਉਹਦਾ ਫਿਰ ਕਿਵੇਂ ਲੱਗਦਾ ਤੈਨੂੰ ਮਤਲਬ ਪੁੱਛਣਾ ਤਾਂ ਐਂ ਚਾਹੁੰਦਾ ਹੁੰਦਾ ਵੀ ਮਰੂ ਕਦੋਂ ਫਿਰ ਬੋਲ ਨਹੀਂ ਸਕਦਾ ਪੁੱਛੀ ਜਾਓ ਇਹ ਫਿਰ ਭਾਣਾ ਕਦੋਂ ਕੋਈ ਵਰਤ ਸਕਦਾ ਉਹਦਾ ਵੀ ਰਾਤ ਕਢਾ ਜੇ ਤਾਂ ਕਢਾ ਦੇ ਪਰ ਮੁਸ਼ਕਿਲ ਹੈ ਵਿੱਚ ਇੱਕ ਹੋਰ ਖੜਾ ਹੁੰਦਾ ਉਹ ਕਹਿੰਦਾ ਵੀ ਜੇ ਅੱਜ ਭਾਣਾ ਵਾਪਰ ਗਿਆ ਫਿਰ ਕੱਲ ਨੂੰ ਮਤਲਬ ਆਇਆ ਤੇ ਇਹਨਾਂ ਦੇ ਪਿੰਡ ਕਹਿੰਦਾ ਫੁੱਲ ਅਗਲੇ ਦੇ ਨੀ ਚੁੱਕ ਲੈਂਦੇ ਇਸ ਦਿਨ ਚੁੱਕਦੇ ਆ ਇੱਕ ਹੋਰ ਚੜ੍ਹਦਾ ਚੰਦ ਖੜਾਉਂਦਾ ਉਹ ਕਹਿੰਦਾ ਫਿਰ ਤੂੰ ਐ ਕੱਲ ਦੇ ਪਰਸੋਂ ਦੇ ਹਿਸਾਬ ਨਾਲ ਭੋਗ ਕੱਢ ਕੇ ਕਿਹੜੇ ਦਿੰਦਾ ਬੰਦਾ ਜਾਂਦਾ ਪਿਆ ਉਹਦਾ ਭੋਗ ਕਢਾਈ ਜਾਂਦੇ ਸੋ ਭਰਾਵਾ ਸਵਾਰੀ ਆਪਦੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਪੀ ਪੂ ਲਿਆ ਕਰੋ ਇੰਨੀ ਨਾ ਪੀਆ ਜੇ ਜਿਹੜਾ ਵੀ ਡੀਐਮਸੀ ਦੂਰੇ ਖੜਾ ਨਾ ਛੁੱਟੇ ਪਤਾ ਡਾਕਟਰ ਅਜੀਤ ਸੂਤ ਆ ਕਹਿੰਦਾ ਉਹ ਕਰਦਾ ਸੂਤ ਫਿਰ ਅਲੀ ਕਹਿਣਾ ਸੀ ਕਿੱਥੇ ਸੁੱਤਾ ਮਹਾਰਾਜ ਜੀ ਆਏ ਕੀ ਹਾਲ ਆ ਵੀਰੇ ਠੀਕ ਹੈ ਸਾਰੇ ਬੱਬੂ ਬਾਈ ਹੋਰੀ ਸਾਰੇ ਆਏ ਨਿੱਗੀ ਜੀ ਆਏ ਨਿੱਗੀ ਜੀ ਥੈਂਕ ਯੂ ਬਹਿ ਜਾਓ ਚੇਅਰ ਸੁੱਖੀ ਤਾਂ ਜੀ ਦਾਰੂ ਵੀ ਤਾਂ ਚੰਦਰੀ ਚੜ੍ਹਨ ਹਟਦੀ ਜਾਂਦੀ Oh,
कुछ गाने होंगे ने सिंगर की जिंदगी जो गाना शुरू करता है
जो मैं स्टार्टिंग की एक गाना से गाया करिए कॉलेज तो पहला स्कूल टाइम तो बाद जो समा हों लगे करे यार भी क्यों नहीं गाया जा रहा पहला गल रख लेंगे चक्कर की पै गया सो हौली हौली चीजा जो आई तो हम थोड़ा बहुत कोशिश कर ली सो रात राजी रखे चढ़ती गल खानी चल सब कुछ बोल वे दिलां दी कुंडी खोल वे के बुलियां दी चुप तोड़ दे कोल रह के भी जे दूर दूर रहना तो सानू साढ़े पैसे मार दे सानू साडा दिल मोड़ दे बड़ी मेहरबानी जी के पीड़ तेरे जान दी है आस तेरे आउण दी पीड़ तेरे जान दी है आस तेरे आउण दी कुछ तां है दोस्ता के तुर ही है जिंदगी पानियां दे वाजो ना तरन कदे वेड़ियां हंझुआं दे वाजो ना पवित्र होवे जिंदगी के इश्क दिल दा मास खांदा है सदा इश्क दिल दा मास खांदा है सदा प्यार फिर भी आवे आदम खोर ते ओह हमेशा हार दा मुंह वेखदे ने जूझदे ने जो बगानियां दे जोर ते जूझदे ने जो बगानियां दे जोर ते सो साडा बहुत ही परम मित्र साढ़े दिल दे बड़ा करीबी है भावें दूर वसदा है भाई सत्ता अली क्या हो पहुंचे हुए ने बाई जी हुणी बाई नाल बब्बू जी पहुंचे हुए ने सो उन्हां दा मैं इस्तकबाल करदा धन्नवाद करदा इस इलाके दे विच जद भी प्रोग्राम ते कदे आईदा ਤਾਂ ਥੋੜ੍ਹੀ ਜਿਹੀ ਗੁਫਤਗੂ ਕਰ ਲਈ ਦੀ ਆ ਤਾਂ ਬਾਈ ਜੀ ਹੁਣ ਦਰਸ਼ਨ ਜ਼ਰੂਰ ਦੇ ਕੇ ਜਾਂਦੇ ਨੇ ਸੋ ਬਹੁਤ ਬਹੁਤ ਧੰਨਵਾਦ ਕਰਦਾ ਵੀਰ ਹੋਰਾਂ ਦਾ ਸੋ ਸਾਡੇ ਮੀਡੀਆ ਤੋਂ ਪ੍ਰੈਸ ਤੋਂ ਅਜੀਤ ਅਖਬਾਰ ਤੋਂ ਸਾਡੇ ਰਿਪੋਰਟਰ ਸਾਹਿਬ ਪਹੁੰਚੇ ਨੇ ਬਾਈ ਸੁਰਿੰਦਰ ਸਿੰਘ ਜੀ ਪਪਨੇਜਾ ਸੋ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੇਲੇ ਦੀ ਕਵਰੇਜ ਦਾ ਜਿਹੜੀ ਉਹਨਾਂ ਨੇ ਅਖਬਾਰਾਂ ਦੇ ਜ਼ਰੀਏ ਪੂਰੇ ਪੰਜਾਬ ਦੇ ਵਿੱਚ ਭੇਜਣੀ ਆ ਸੋ ਡਾਕਟਰ ਕੁਲਵੰਤ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ ਭੇਜਿਆ ਗਿਆ ਗਰੀਬੀ ਜਾਤਾਂ ਕਾਲੀ ਦੀਆਂ ਕਹਿੰਦੇ ਫਰਮਾਇਸ਼ਾਂ ਜੀ ਜ਼ਰੂਰ ਕੋਸ਼ਿਸ਼ ਕਰਾਂਗੇ ਸੋ ਇਸ ਤਰ੍ਹਾਂ ਥੋੜ੍ਹਾ ਮਾਹੌਲ ਨੂੰ ਹੋਰ ਚੇਂਜ ਕਰਦੇ ਇੱਕ ਨਵਾਂ ਗੀਤ ਆ ਬਾਈ ਬਿਲਕੁਲ ਗੀਤ ਦਾ ਨਾਂ ਤਾਂ ਸਟੈਲੀਅਨ ਪਰ ਇਹਨੂੰ ਗਧਿਆਂ ਵਾਲਾ ਗਾਣਾ ਵੀ ਕਹਿ ਦਿੰਦੇ ਹਾਂ ਚੰਗਾ ਲੱਗੂ ਤੁਹਾਨੂੰ ਬਿਲਕੁਲ ਨਵਾਂ ਗੀਤ ਰੱਖ ਬਈ ਇੱਥੇ ਉਹ ਤਾਂ ਕਦੇ ਪੜ੍ਹ ਕੇ ਨਹੀਂ ਗਾਏ ਮੈਂ ਗਾਣੇ ਪਰ ਇਹ ਨਵਾਂ ਸੁਣਾਉਣ ਲੱਗਿਆ ਤੁਹਾਨੂੰ ਮੇਰੀ ਲਿਖਾਈ ਹੈ ਮੈਨੂੰ ਸਮਝ ਨਾ ਆਈ ਤਾਂ ਬਣਦੇ ਅਰਜਨ ਵਾਂਗੂ ਅੱਖ ਰੱਖੀਆ ਨਿਸ਼ਾਨੇ ਉੱਤੇ ਗਿਲਾ ਨਹੀਂ ਉਹ ਕੀਤਾ ਕਦੇ ਆਪਣੇ ਬਗਾਨੇ ਉੱਤੇ ਚਿੱਕੜ ਦੇ ਕੋਲੋਂ ਪਾਸਾ ਵੱਟ ਲੰਘ ਜਾਈਦਾ ਸਿਰੇ ਦੀਆਂ ਝੂਠਾਂ ਨੂੰ ਮੂੰਹ ਨੀ ਵੀਰੇ ਲਾਈਦਾ ਹਾਂ ਲੱਗੀ ਜਾਣ ਚੱਟੀ ਉੱਤੇ ਹੋ ਜਿਹੜੇ ਵੀ ਆ ਲੱਗਦੇ ਕਦੇ ਵੀ ਜ਼ਿੰਦਗੀ ਚ ਇਹਨਾਂ ਸੋਚਿਆ ਕਰੋ ਵੀ ਫਲਾਣੇ ਨੇ ਮੈਨੂੰ ਕੀ ਕਹਿਤਾ ਆਪਦੀ ਨਿਸ਼ਾਨਾ ਜਿਹੜਾ ਜ਼ਿੰਦਗੀ ਦਾ ਉੱਥੇ ਹੋਣਾ ਚਾਹੀਦਾ ਅੱਜ ਨਾ ਹੁਣ ਬਸ ਇੱਕ ਚੀਜ਼ ਤੁਸੀਂ ਆਖੀ ਹੋ ਲੱਗੀ ਜਾਣ ਚੱਟੀ ਉੱਤੇ ਉਹ ਜਿਹੜੇ ਵੀ ਆ ਲੱਗਦੇ ਪਰ ਕਦਿਆਂ ਦੀ ਰੇਸ ਵਿੱਚ ਘੋੜੇ ਨਹੀਂ ਉਹ ਭੱਜਦੇ ਚਾਹੇ ਵੈਰ ਹੋ
अच्छा ठीक है, गरीबी तो याद नहीं, ठीक है। सानू जदों जदों करेंगी खराब दिली है तेरी हिप उत्ते नचूगा पंजाब दिली है। मैनू लगता पता नहीं, मैं आई डोंट नो कि तुसी हाजरी थोड़ी दिल्ली के लगी है माड़ी मोटी किसी की, लाओ यार खिंचना पैना कम। वेलो ये अजे थोड़ा थोड़े ट्रेलर जी है, जिवें हुण डीएपी नहीं मिल रही, झोना बंद करता सी मंडियां चले जाणा, ते फिर जे कम वध गया तां फिर खाड़े भरावा बसार तों वी नहीं लगणगे, फिर कनेडा दा हैगा वीजा चढ़ जांगे, होर की है। ट्रैक्टर जैक ला के भावें भजा लग रहा, जे वाहन तां रहने नहीं, उत्ते बह के फीलिंग लै लग रहा, जे वो भजा जांदा जवाकां नूं। ਜਦੋਂ ਅਗਲਿਆਂ ਨੇ 2-2 ਹਜ਼ਾਰ ਕਿੱਲੇ ਤੇ ਬਣਾ ਤੇ ਨਾ, ਉਹ ਕੰਧਾਂ ਤੇ ਜਿਹੜੇ ਤੜਕੇ ਬਾਹਰ ਬੂਰ ਜਾਂਦੇ ਉਹ ਵੀ ਕੰਮ ਖਰਾਬ ਹੋ ਜਾਊਗਾ, ਥਾਂ ਹੀ ਨੀ ਮਿਲਣਾ ਕਿਤੇ, ਇਹ ਐਂ ਹੋਜੂ। ਕੋਲੂ ਬੰਦ ਕਰਤੇ ਅਗਲਿਆਂ ਨੇ, ਤੇ ਚੱਕੀਆਂ ਬੰਦ ਕਰਨ ਨੂੰ ਤਿਆਰ ਹੈ, ਜਿਹੜੀਆਂ ਚੱਕੀਆਂ ਨੀ ਲੱਗੀਆਂ ਨਾ, ਆਟਾ ਨੀ ਪੀ ਸਕਦੇ ਤੁਸੀਂ, ਮੁੱਲ ਹੀ ਮਿਲੂਗਾ। ਜਾਏ ਦਿੱਲੀ ਇੱਕ ਦੂਜੇ ਤੋਂ ਖੋਹ ਖੋ ਕੇ ਭੱਜਣ ਵਾਲਾ ਕੰਮ ਹੋਜੂ ਮੁੜ ਕੇ, ਪਰ ਅੱਤ ਦਾ ਅੰਤ ਹੁੰਦਾ, ਇੱਕ ਚ ਬਰਕਤ ਹੁੰਦੀ ਹੈ, ਹੌਲੀ ਹੌਲੀ ਸਭ ਕੁਛ ਠੀਕ, ਮਾਲਕ ਉੱਪਰ ਵੀ ਤਾਂ ਕੋਈ ਬੈਠਾ ਨਾ। ਸਾਨੂੰ ਜਦੋਂ ਜਦੋਂ ਕਰੇਗੀ ਖਰਾਬ ਦਿੱਲੀ ਐ ਨੀ ਤੇਰੀ ਹਿੱਕ ਉੱਤੇ, ਤੇਰੀ ਹਿੱਕ ਉੱਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀ ਐ ਨੀ ਤੇਰੀ ਹਿੱਕ ਉੱਤੇ। Thank you.
ਗੁਰਦੁਆਰਾ ਜੀ ਖੁੱਲ੍ਹ ਕੇ ਬਹੁਤ ਬਹੁਤ ਮਿਹਰਬਾਨੀ ਰੱਬ ਸਾਨੂੰ ਰਾਜ਼ੀ ਰੱਖੇ। ਸਾਡੇ ਬਾਈ ਜੀ ਹੋਰੀ ਫਰਮਾਇਸ਼ ਕਰਕੇ ਗਏ ਸੀ, ਮੇਰਾ ਪਹਿਲੀ ਕੈਸਟ ਦਾ ਗਾਣਾ ਸੀ, ਬਹੁਤ ਪਹਿਲਾਂ ਦਾ। ਕਮਲਾ ਕਰ ਛੱਡਿਆ ਮੈਨੂੰ ਉਸ ਕਮਲੀ ਦੀਆਂ ਯਾਦਾਂ, ਦੋ ਲਾਈਨਾਂ ਉਹਦੀਆਂ ਸੁਣਾ ਦਿੰਦੇ ਹਾਂ ਤੇ ਗਰੀਬੀ ਵਾਲੇ ਦੀਆਂ ਕੁਛ ਲਾਈਨਾਂ। ਰੌਂਗ ਨੰਬਰ ਯਾਦਾਂ ਸਾਡੇ ਚਾਰ ਰੱਬ ਮਿਲਦਾ ਸੀ ਜਦ ਸੀ ਮਿਲਦੀ, ਉਸਨੂੰ ਪਾਉਣ ਤੋਂ ਮਗਰੋਂ ਸੀ ਸਭ ਮੁੱਕ ਗਈਆਂ ਫਰਿਆਦਾਂ, ਕਮਲਾ ਕਰ ਛੱਡਿਆ ਮੈਨੂੰ ਉਸ ਕਮਲੀ ਦੀਆਂ ਯਾਦਾਂ, ਕਮਲਾ ਕਰ ਛੱਡਿਆ ਮੈਂ, ਕਮਲਾ ਕਰ ਛੱਡਿਆ ਹੈ, ਕਮਲਾ ਕਰ ਛੱਡਿਆ। ਮੇਰੇ ਗੀਤ ਨੇ ਉਹਦੇ ਵਰਗੇ ਮੈਥੋਂ ਵੱਧ ਉਹਨੂੰ ਯਾਦ ਨਹੀਂ ਕਰਦੇ, ਮੈਂ ਰੋ ਲੈਨਾ ਅੰਦਰ ਵੜ ਕੇ ਇਹ ਰੋਂਦੇ ਨੇ ਕੋਠੇ ਚੜ ਕੇ, ਹੁਣ ਤਾਂ ਹੰਝੂਆਂ ਸੰਗ ਗੁਰਵਿੰਦਰਾ, ਹੁਣ ਤਾਂ ਹੰਝੂਆਂ ਸੰਗ ਗੁਰਵਿੰਦਰਾ, ਮੈਂ ਬਸ ਯਾਰ ਲਿਹਾਜ਼ਾ ਕਮਲਾ ਕਰ ਛੱਡਿਆ ਮੈਨੂੰ ਉਸ ਕਮਲੀ ਦੀਆਂ ਯਾਦਾਂ, ਕਮਲਾ ਕਰ ਛੱਡਿਆ ਕਮਲਾ ਕਰ ਛੱਡਿਆ। ਹੋ ਨਾ ਜਿਸਮਾਂ ਦਾ ਮੇਲ ਹੀ ਹੋਇਆ, ਨਾ ਤਕਦੀਰ ਦਾ ਖੇਲ ਹੀ ਹੋਇਆ, ਤਨ ਵੀ ਸਾਡੇ ਗਏ ਜੰਗਾਲੇ, ਮਰ ਚੁੱਕਿਆ ਦਿਲ ਕੌਣ ਸੰਭਾਲੇ, ਅੱਜ ਵੀ ਕੰਨਾਂ ਦੇ ਵਿੱਚ ਗੂੰਜਣ, ਹਾਏ ਅੱਜ ਵੀ ਕੰਨਾਂ ਦੇ ਵਿੱਚ ਗੂੰਜਣ ਉਸ ਦੀਆਂ ਸ਼ੋਖ ਆਵਾਜ਼ਾਂ, ਕਮਲਾ ਕਰ ਛੱਡਿਆ ਮੈਨੂੰ ਉਸ ਕਮਲੀ ਦੀਆਂ ਯਾਦਾਂ, ਕਮਲਾ ਕਰ ਛੱਡਿਆ। ਇੱਕ ਫਰਮਾਇਸ਼ ਹੈ ਜੀ ਡਿਊਟ ਦੀ, ਸੋਰੀ ਜੀ ਰੌਂਗ ਨੰਬਰ ਕਹਿਣਾ ਪਿਆ, ਸੁਣਨੀ ਸੀ ਮੈਂ ਤਾਂ ਆਵਾਜ਼ ਮੇਰੀ ਕਹਿੰਦੀ ਸਰਪੰਚ ਸਾਹਿਬ ਕੀ ਕਹਿੰਦੇ ਹੈ, ਹਾਂ ਵੀ ਭਾਈ ਕੱਢਿਆ ਨੀ ਸੁਣਾ, ਇੱਕ ਰੌਂਗ ਨੰਬਰ ਦੀ ਫਰਮਾਇਸ਼ ਹੈ ਫਿਰ ਰੁਮਾਲ ਲਾਉਣਾ ਵੀ ਸੁਣਾ, ਕੀ ਆ ਮੇਰਾ ਅੰਕਲ
मंगनी हो जाती है विआह होना हुंदा उदों कुड़ी दे घरे की तैयारियां चलदियां मुंडे दे घरे की तैयारियां चलदियां ओ कहिंदी भी तेरे मेरे मेले वे संजोग सच्चे रब ने
मापियां नूं दित्तियां वधाइयां आके सब ने ताज च लियाऊंगी मैं तां कढ़ी जानी आ तेरा वे रुमाला उत्ते ना कढ़ी जानी आ ਉਹ ਕਹਿੰਦਾ ਵੀ ਤੁਹਾਡੇ ਤਾਂ ਦੁੱਧ ਰਮਾਲਾਂ ਦੇ ਨਾਂ ਕੱਢੀ ਜਾਂਦੀ ਸਾਡੇ ਘਰੇ ਕੋਈ ਹੋਰ ਹੀ ਕੱਢੀ ਜਾਂਦੇ ਅਸੀਂ ਗੀਤ ਰਾਹੀਂ ਤੁਹਾਡੀ ਨਜ਼ਰ ਕਰਾਂਗੇ ਆਓ ਜੀ ਸਜਾਉਣਾ ਨੀ ਗੁਰਿੰਦਰ ਬਗਾੜਦਾ ਅਖਾੜਾ ਰੱਖੇ ਲੋੜਾ।